ਗੁਰਦਾਸਪੁਰ ਸ਼ਹਿਰ 'ਚ ਵਪਾਰ ਮੰਡਲ ਵੱਲੋਂ ਅੱਜ ਇੱਕਜੁੱਟ ਹੋ ਕੇ ਵੀਕਐਂਡ ਲੋਕਡਾਊਨ ਦੇ ਵਿਰੋਧ ਵਿੱਚ ਆਵਾਜ਼ ਬੁਲੰਦ ਕੀਤੀ ਗਈ। ਗੁਰਦਾਸਪੁਰ ਦੇ ਵੱਖ ਵੱਖ ਕਾਰੋਬਾਰੀ ਅਤੇ ਦੁਕਾਨਦਾਰਾਂ ਵੱਲੋਂ ਪ੍ਰਸ਼ਾਸਨ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਇਹਨਾਂ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕੋਰੋਨਾ ਦੇ ਨਾਂ ਹੇਠ ਰੋਜ਼ਾਨਾ ਪੁਲਿਸ ਸ਼ਾਮ ਨੂੰ ਉਹਨਾਂ ਦੀਆਂ ਦੁਕਾਨਾਂ ਜ਼ਬਰਦਸਤੀ ਧਮਕੀ ਦੇ ਨਾਲ ਬੰਦ ਕਰਵਾਉਂਦੀਆਂ ਹਨ ਅਤੇ ਜਿਸ ਦਾ ਇਹ ਵਿਰੋਧ ਕਰਦੇ ਹਨ ਅਤੇ ਇਸ ਦੇ ਨਾਲ ਹੀ ਇਹਨਾਂ ਦੁਕਾਨਦਾਰਾਂ ਨੇ ਮੰਗ ਰੱਖੀ ਕਿ ਵੀਕਐਂਡ ਲੋਕਡਾਊਨ ਖਤਮ ਹੋਵੇ ਅਤੇ ਸੋਮਵਾਰ ਤੋਂ ਸ਼ਨੀਵਾਰ ਤੱਕ ਉਹਨਾਂ ਨੂੰ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਹੋਵੇ ਅਤੇ ਨਾਲ ਹੀ ਜੋ 7 ਵਜੇ ਤੱਕ ਦਾ ਟਾਈਮ ਹੈ ਉਸ ਨੂੰ ਵੀ ਬਦਲ ਕੇ 8 ਵਜੇ ਤੱਕ ਦਾ ਹੋਣਾ ਚਾਹੀਦਾ। ਵਪਾਰ ਮੰਡਲ ਵੱਲੋਂ ਜਿੱਥੇ ਗੁਰਦਾਸਪੁਰ ਬਾਜ਼ਾਰ 'ਚ ਰੋਸ ਮਾਰਚ ਕੀਤਾ ਗਿਆ ਉੱਥੇ ਡੀਸੀ ਗੁਰਦਾਸਪੁਰ ਦੇ ਘਰ ਦੇ ਬਾਹਰ ਲੰਬੇ ਸਮੇਂ ਤੱਕ ਰੋਸ ਵਜੋਂ ਧਰਨਾ ਦਿੱਤਾ ਗਿਆ ਅਤੇ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ। ਦੁਕਾਨਦਾਰਾਂ ਨੇ ਕਿਹਾ ਕਿ ਉਹ ਮੰਗ ਪੱਤਰ ਦੇ ਕੇ ਚਲੇ ਗਏ ਹਨ ਅਤੇ ਜੇਕਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ 'ਚ ਇਹ ਸੰਘਰਸ਼ ਹੋਰ ਤੇਜ਼ ਕਰਨਗੇ। ਸਰਕਾਰ ਅੱਗੇ ਵਪਾਰੀਆਂ ਦੀ ਇੱਕੋ ਮੰਗ ਹੈ, ਜੇ ਤੁਹਾਡਾ ਲੋਕਡਾਊਨ ਕੀਤਾ ਸਰਦਾ ਤਾਂ ਸਦਾ ਨਹੀਂ ਬੰਦ ਕਰ ਦਿਓ, 7 ਦਿਨ ਬੰਦ ਕਰ ਦਿਓ, ਪਰ ਸਾਡਾ ਅਤੇ ਸਾਡੇ ਬੱਚਿਆਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਕਰੋ। ਸਾਡੇ ਬੱਚੇ, ਸਾਡਾ ਢਿੱਡ ਵੀ ਰੋਟੀ ਮੰਗਦਾ। ਜੇ ਤੁਸੀਂ ਛੁੱਟੀਆਂ ਕੀਤੀਆਂ, ਮੁਲਾਜ਼ਮ ਘਰ ਬੈਠਾ, ਮੁਲਾਜ਼ਮ ਨੂੰ ਤਨਖਾਹ ਦਿੱਤੀ ਅਤੇ ਵਪਾਰੀ ਨੂੰ ਰੋਟੀ ਦੀ ਲੋੜ ਨਹੀਂ, ਵਪਾਰੀ ਦੁਕਾਨਾਂ ਕਰਕੇ ਬੰਦ ਕਰਕੇ ਘਰ ਬੈਠਾ ਜੀ, ਉਹਦੇ ਬੱਚੇ ਰੋਟੀ ਨਹੀਂ ਮੰਗਦੇ। ਵਪਾਰੀ ਏਕਤਾ ਜ਼ਿੰਦਾਬਾਦ, ਧੱਕੇਸ਼ਾਹੀ ਬੰਦ ਕਰੋ। ਮੰਗ ਇਹੀ ਆ, ਜਾਂ ਤਾਂ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਪੂਰੀਆਂ ਦੁਕਾਨਾਂ ਖੋਲੀਆਂ ਜਾਣ, ਇੱਕ ਦਿਨ ਦਾ ਪੂਰਾ ਲੋਕਡਾਊਨ ਰੱਖਿਆ ਜਾਏ, ਜਾਂ ਸਾਰਾ ਹੀ ਬੰਦ ਕਰ ਦਿਓ। ਟਾਈਮ ਹੋਏ, ਪੂਰੀਆਂ ਦੁਕਾਨਾਂ 6 ਦਿਨ ਖੋਲੀਆਂ ਜਾਣ, ਐਤਵਾਰ ਦਾ ਸੰਪੂਰਨ ਲੋਕਡਾਊਨ ਹੋਏ ਔਰ ਪੂਰੇ ਵਪਾਰੀ ਪਹਿਲਾਂ ਦੀ ਤਰ੍ਹਾਂ ਪ੍ਰਸ਼ਾਸਨ ਦਾ ਭਰਪੂਰ ਸਾਥ ਦੇਣਗੇ। ਵਪਾਰੀ ਮੰਡਲ ਇਕੱਠਾ ਹੋਇਆ ਵੈ, ਉਹ ਸਿਰਫ ਅਤੇ ਸਿਰਫ ਇਸ ਗੱਲ ਲਈ ਇਕੱਠਾ ਹੋਇਆ ਵੈ ਕਿ ਜਿਹੜਾ ਵਪਾਰੀਆਂ ਦੇ ਵਿੱਚ ਸਰਕਾਰਾਂ ਪਾੜ ਪਾ ਰਹੀਆਂ ਨੇ, ਕੁਛ ਟਰੇਡਾਂ ਨੂੰ ਖੋਲ੍ਹਿਆ ਜਾ ਰਿਹਾ ਅਤੇ ਕੁਛ ਟਰੇਡਾਂ ਨੂੰ ਬੰਦ ਕੀਤਾ ਹੋਇਆ ਵੈ। 6:30 ਵਜੇ ਦਾ ਬੰਦ ਕਰ ਦਿੱਤੀਆਂ ਜਾਂਦੀਆਂ ਦੁਕਾਨਾਂ ਅਤੇ 6 ਵਜੇ ਹੂਟਰ ਜਿਹੜਾ ਪੁਲਿਸ ਦਾ ਫਿਰਨਾ ਸ਼ੁਰੂ ਹੋ ਜਾਂਦਾ ਬਾਜ਼ਾਰਾਂ ਦੇ ਵਿੱਚ, ਅਤੇ ਉਹ ਇੱਦਾਂ ਹੂਟਰ ਫੇਰਿਆ ਜਾਂਦਾ ਸਾਡੀਆਂ ਦੁਕਾਨਾਂ ਦੇ ਅੱਗੇ ਕਿ ਜਿੱਦਾਂ ਪਤਾ ਨਹੀਂ ਅਸੀਂ ਕ੍ਰਿਮੀਨਲ ਬੰਦੇ ਹੈਗੇ ਹਾਂ। ਸਾਡੀ ਵਪਾਰੀਆਂ ਦੀ ਇਹ ਮੰਗ ਵੈ, ਇੱਕ ਤਾਂ ਜਿਹੜਾ ਹੂਟਰ ਫਿਰਦਾ ਵਾ ਬਾਜ਼ਾਰਾਂ ਦੇ ਵਿੱਚ 6 ਵਜੇ ਤੋਂ, ਇਹ ਬੰਦ ਕੀਤਾ ਜਾਏ, ਅਤੇ ਬਾਜ਼ਾਰ ਜਿਹੜੇ ਨੇ ਇਹ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਵੇਰੇ 9 ਵਜੇ ਤੋਂ ਲੈ ਕੇ 8 ਵਜੇ ਤੱਕ ਖੋਲ੍ਹੇ ਜਾਣ। ਨਹੀਂ ਖੋਲ੍ਹੇ ਜਾਣਗੇ, ਪ੍ਰੋਟੈਸਟ ਅੱਜ ਛੋਟਾ ਹੋਇਆ ਫਿਰ ਬਹੁਤ ਵੱਡਾ ਹੋਏਗਾ। ਜੇ ਕਿਸਾਨ ਯੂਨੀਅਨਾਂ ਕਰ ਸਕਦੀਆਂ ਤਾਂ ਵਪਾਰੀ ਯੂਨੀਅਨਾਂ ਕਿਉਂ ਨਹੀਂ ਆਪਣੀਆਂ ਮੰਗਾਂ ਕਰ ਸਕਦੀਆਂ? ਮੈਂ ਤਾਂ ਹੈਰਾਨ ਹਾਂ ਇਸ ਗੱਲ ਤੋਂ ਕਿ ਡੀਸੀ ਸਾਹਿਬ ਦੇ ਬੂਹੇ ਅੱਗੇ ਬੈਠੇ ਹਾਂ ਅਤੇ ਡੀਸੀ ਸਾਹਿਬ ਏਸੀ 'ਚ ਬੈਠੇ ਨੇ ਅਤੇ ਕਹਿੰਦੇ ਤਹਿਸੀਲਦਾਰ ਆਏਗਾ।